ਹੈਲੋ, ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਬੱਬੀ ਦੀ ਕਿਚਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ ਬਣਾਵਾਂਗੇ ਦਹੀਂ ਭੱਲੇ। ਇਹਦੇ ਲਈ ਆਪਾਂ ਲਿਆ ਸੀਗਾ 250 ਗ੍ਰਾਮ ਮਹਾਂ ਦੀ ਦਾਲ ਲਈ ਸੀ ਬਿਨਾਂ ਛਿਲਕੇ ਤੋਂ। ਉਹ ਰਾਤੀ ਪੂਰੀ ਰਾਤ ਭੇਂ ਕੇ ਅਤੇ ਹੁਣ ਮੈਂ ਉਹਨੂੰ ਕੱਢ ਕੇ ਅਤੇ ਮਿਕਸੀ ਦੇ ਵਿੱਚ ਇੱਦਾਂ ਇਹਦਾ ਪੇਸਟ ਬਣਾ ਲਿਆ। ਲੱਖ ਇੱਦਾਂ ਦਾ ਥਿੱਕ ਪੇਸਟ ਰੱਖਣਾ, ਵਾਲਾ ਪਤਲਾ ਨਹੀਂ ਕਰਨਾ ਨਾ ਵਾਲਾ ਮੋਟਾ ਕਰਨਾ ਹੈ ਨਾ। ਅਤੇ ਇਹਦੇ 'ਚ ਪਾਵਾਂਗੇ ਆਪਾਂ ਟੇਸਟ ਅਨੁਸਾਰ ਲੂਣ ਪਾਵਾਂਗੇ ਥੋੜ੍ਹਾ ਜਿਹਾ, ਜਿੰਨਾ ਕੁ ਤੁਸੀਂ ਅਲੱਗ ਕਰਦੇ ਵੱਧ ਘੱਟ ਕਰ ਸਕਦੇ ਹੈ ਨਾ। ਅਤੇ ਹੁਣ ਪਾਵਾਂਗੇ ਕਾਲੀ ਮਿਰਚ। ਕਾਲੀ ਮਿਰਚ ਵੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ, ਜੇ ਜ਼ਿਆਦਾ ਅਲੱਗ ਕਰਦੇ ਤਿੱਖਾ ਜ਼ਿਆਦਾ ਪਾ ਸਕਦੇ ਹਾਂ, ਘੱਟ ਕਰਦੇ ਹਾਂ ਤਾਂ ਘੱਟ ਕਰ ਸਕਦੇ ਹਾਂ। ਅਤੇ ਹੋਰ ਇਹਦੇ 'ਚ ਮੈਂ ਲਈ ਆ ਕਿਸ਼ਮਿਸ਼, ਅਦਰਕ ਪੇਸਟ, ਜਿੰਜਰ ਦਾ ਪੇਸਟ ਅਤੇ ਗ੍ਰੀਨ ਚਿੱਲੀ। ਇਹ ਆਪਾਂ ਸਾਰਾ ਕੁਛ ਇਹਦੇ ਵਿੱਚ ਮਿਕਸ ਕਰ ਦੇਵਾਂਗੇ। ਕਿਸ਼ਮਿਸ਼ ਦੇ ਨਾਲ ਇੱਦਾਂ ਹੋਊਗਾ, ਖੱਟਾ ਮਿੱਠਾ ਟੇਸਟ ਆਊਗਾ, ਬਹੁਤ ਨਾਈਸ ਬਣਨਗੇ ਆਪਣੇ ਟੇਸਟ, ਭੱਲੇ ਬਹੁਤ ਸੋਹਣੇ ਬਣਨਗੇ। ਇਹਨੂੰ ਹੁਣ ਆਪਾਂ ਸਾਰੇ ਨੂੰ ਮਿਕਸ ਕਰ ਦੇਣਾ ਚੰਗੀ ਤਰ੍ਹਾਂ, ਫਿਰ ਆਪਾਂ ਛੋਟੇ ਛੋਟੇ ਇਹਦੇ ਭੱਲੇ ਬਣਾ ਲੈਣੇ ਆ। ਪੇਸਟ ਨੂੰ ਐਨ ਚੰਗੀ ਤਰ੍ਹਾਂ ਕਰਕੇ ਨਾ ਬੀਟ ਕਰ ਦੇਣਾ ਸਵਾਰ ਕੇ, ਐਨ ਸਾਰਾ ਮਿਕਸ ਹੋ ਜਾਵੇ, ਸੌਗੀ ਸਾਰੀ ਮਿਕਸ ਹੋ ਜਾਵੇ। ਅੱਗੇ ਵੀ ਬੈਟਰ ਆਪਣਾ ਥੋੜ੍ਹਾ ਜਿਹਾ ਪਤਲਾ ਬਣਿਆ ਆ ਅਤੇ ਇਹਦੇ 'ਚ ਆਪਾਂ ਇੱਦਾਂ ਕਰ ਸਕਦੇ ਹਾਂ, ਇਹਦੇ 'ਚ ਆਪਾਂ 2 ਚਮਚੇ ਬੇਸਣ ਦੇ ਵੀ ਪਾ ਸਕਦੇ ਹਾਂ, ਫਿਰ ਉਹ ਨਾ ਸੈੱਟ ਹੋ ਜੂਗਾ, ਕੋਈ ਘਬਰਾਉਣ ਵਾਲੀ ਗੱਲ ਨਹੀਂ। ਪਹਿਲਾਂ ਆਪਾਂ 2 ਚਮਚੇ ਪਾ ਕੇ ਦੇਖਦੇ ਹਾਂ, ਫਿਰ ਦੇਖਦੇ ਹਾਂ। ਜੇ ਬੈਟਰ ਫਿਰ ਵੀ ਨਾ ਹੋਇਆ ਫਿਰ ਵੀ ਤੁਸੀਂ ਬੇਸਣ ਪਾ ਸਕਦੇ ਹੋ। ਜਦੋਂ ਆਪਣਾ ਐਨ ਸੈੱਟ ਹੋ ਗਿਆ ਫਿਰ ਆਪਾਂ ਇਹਦੇ ਭੱਲੇ ਬਣਾਵਾਂਗੇ, ਫਿਰ ਇਹਨਾਂ ਨੂੰ ਤਲਾਂਗੇ ਆਪਾਂ। ਹੀਟ ਤੇਲ ਆਪਣਾ ਹੋਇਆ ਹੈ ਗਰਮ, ਉਹਦੇ 'ਚ ਫਿਰ ਆਪਾਂ ਇਹਨਾਂ ਨੂੰ ਤਲਦੇ ਹਾਂ। ਬੈਟਰ ਨਾ ਪਤਲਾ ਨਹੀਂ ਜ਼ਿਆਦਾ ਕਰਨਾ ਹੈਗਾ, ਪੇਸਟ ਵਾਂਗੂ ਨਹੀਂ ਕਰਨਾ, ਥੋੜ੍ਹੇ ਜਿਹਾ ਦੜਾ ਥੋੜ੍ਹਾ ਰੱਖਣਾ। ਆਹ ਦੇਖੋ ਥੋੜ੍ਹੇ ਜਿਹਾ ਦਾਣੇ ਵਿੱਚ ਰਹਿਣ ਉਹਦੇ ਦਾਲ ਦੇ, ਐਨ ਪਤਲਾ ਨਹੀਂ ਕਰਨਾ ਪੇਸਟ, ਥੋੜ੍ਹਾ ਜਿਹਾ ਮੋਟਾ ਰੱਖਣਾ। ਕਰ ਲਈਏ ਵੀ ਹੋਇਆ, ਥੋੜ੍ਹਾ ਜਿਹਾ ਬੈਟਰ ਪਾ ਕੇ ਵਿੱਚ ਦੇਖਦੇ ਹਾਂ ਆਉਂਦਾ ਤਾਲ। ਹੁਣ ਸੇਕ ਨਹੀਂ ਬਾਹਲਾ ਰੱਖਣਾ ਹੈਗਾ, ਸਿਮ ਗੈਸ 'ਤੇ ਰੱਖਣੇ ਆ, ਹੌਲੀ ਹੌਲੀ ਜਿਹੜੇ ਹੋ ਜਾਣ। ਹੁਣ ਆਪਾਂ ਇਹਦੇ 'ਚ ਪਾ ਕੇ ਦੇਖਦੇ ਭੱਲੇ ਨੂੰ, ਹੌਲੀ ਹੌਲੀ ਛੋਟਾ ਛੋਟਾ ਪੀਸ ਇੱਦਾਂ ਲੈ ਕੇ ਇੱਦਾਂ ਹੌਲੀ ਹੌਲੀ ਛੱਡੀ ਜਾਣਾ। ਹੱਥ ਨਾਲ ਵੀ ਵਧੀਆ ਪੈ ਜਾਂਦੇ, ਜੇ ਤੁਸੀਂ ਚਮਚੇ ਨਾਲ ਪਾਉਣੇ ਚਾਹੁੰਦੇ ਚਮਚੇ ਨਾਲ ਵੀ ਪੈ ਜਾਣੇ, ਛੋਟੇ ਛੋਟੇ ਭੱਲੇ ਬਣਾਉਣੇ ਆ। ਠੀਕ ਹੈ ਜੀ, ਜਿਹੜੇ ਵੀ ਆਪਾਂ ਖਾਣੇ ਹੁਣ ਉਹ ਆਪਾਂ ਸਿੱਧੇ ਹੁਣੇ ਕੱਢ ਕੇ ਉਹ ਪਾਣੀ 'ਚ ਬੋਲ 'ਚ ਪਾਣੀ ਮੈਂ ਰੱਖਿਆ ਪਾ ਕੇ ਉਹਦੇ 'ਚ ਪਾ ਦੇਣੇ ਸਿੱਧੇ ਹੀ ਇਹ, ਉਹਦੇ ਨਾਲ ਫਿਰ ਸੋਫਟ ਹੋ ਜਾਣਗੇ। ਜਿਹੜੇ ਆਪਾਂ ਬਾਕੀ ਦਬਾ ਕੇ ਫਰਿੱਜ 'ਚ ਰੱਖਣੇ ਆ ਉਹ ਆਪਾਂ ਕਿਸੇ ਭਾਂਡੇ 'ਚ ਪਾ ਕੇ ਰੱਖ ਲੈਣੇ, ਇਹ ਜਿਹੜੇ ਖਾਣੇ ਆ ਹੁਣ ਇਹ ਆਪਾਂ ਸਿੱਧੇ ਹੀ ਬੋਲ 'ਚ ਪਾ ਦੇਣੇ। ਫੁੱਲ ਜਾਣੇ ਦੇਖਿਓ ਕਿੱਡੇ ਕਿੱਡੇ, ਅਤੇ ਤੁਹਾਨੂੰ ਵੀਡੀਓ ਐਂਡ ਤੱਕ ਦੇਖਿਆ ਕਰੋ ਫਿਰ ਪਤਾ ਲੱਗਦਾ ਹੈ। ਠੀਕ ਹੈ, ਆਪਾਂ ਸਾਰੇ ਕੱਢ ਕੇ ਫਿਰ ਤੁਹਾਨੂੰ ਦਿਖਾਉਂਦੇ। ਨਾਲ ਨਾਲ ਆਪਾਂ ਇਹਨਾਂ ਨੂੰ ਹੌਲੀ ਹੌਲੀ ਹਿਲਾਈ ਜਾਣਾ, ਮੱਠੀ ਮੱਠੀ ਅੱਗੇ ਆਪਾਂ ਰਿੱਝ ਲੈਣੇ। ਇਹ ਆਪਾਂ ਸਿੱਧੇ ਕੱਢ ਕੇ ਅਤੇ ਆਪਾਂ ਬੋਲ 'ਚ ਪਾਣੀ ਪਾ ਕੇ ਰੱਖਿਆ ਉਹ 'ਚ ਕੱਢ ਦੇਣੇ ਸਿੱਧੇ ਹੀ, ਜਦੋਂ ਗੋਲਡਨ ਬਰਾਊਨ ਹੋਵੇ ਫਿਰ ਉਦੋਂ ਆਪਾਂ ਕੱਢ ਲੈਣੇ। ਚਮਚੇ ਨਾਲ ਵੀ ਹਿਲਾ ਸਕਦੇ, ਫੋਰਕ ਨਾਲ ਵੀ ਹਿਲਾ ਸਕਦੇ ਹਾਂ। ਦੇਖੋ ਕਿੰਨੇ ਸੋਹਣੇ ਬਣੇ ਗੋਲ ਗੋਲ, ਗੋਲਡਨ ਬਰਾਊਨ ਹੋ ਚੱਲੇ, ਬਸ ਆਪਾਂ ਬਾਹਲੇ ਨਹੀਂ ਬਰਾਊਨ ਕਰਨੇ ਇਹ, ਹੁਣ ਆਪਣੇ ਬਸ ਲੱਗ ਗਈ ਆਪਾਂ ਕੱਢ ਦੇਣੇ ਇਹ, ਇਹ ਸਿੱਧੇ ਪਾਣੀ ਦੇ ਵਿੱਚ ਕੱਢ ਦੇਣੇ ਆਪਾਂ। ਉਹ ਬੋਲ ਦੇ ਵਿੱਚ ਪਾਣੀ ਪਾ ਕੇ ਰੱਖਿਆ ਮੈਂ ਰੂਮ ਟੈਂਪਰੇਚਰ ਵਾਲਾ, ਨਾ ਠੰਡਾ ਹੈ ਨਾ ਤੱਤਾ ਹੈ, ਉਹਦੇ 'ਚ ਆਪਾਂ ਇਹ ਕੱਢ ਦੇਣੇ ਆ। ਬਸ ਮਾੜੇ ਜਿਹੇ ਬਰਾਊਨ ਹੋਰ ਕਰਨੇ ਆਪਾਂ, ਜ਼ਿਆਦਾ ਨਹੀਂ ਇਹ ਰਾੜ ਨਹੀਂ ਹੈਗੇ, ਹੋਈ ਹੈ ਤਕਰੀਬਨ ਬਸ। ਹੁਣ ਆਪਾਂ ਇਹਨਾਂ ਨੂੰ ਕੱਢ ਲਈਏ, ਦੇਖੋ ਬਰਾਊਨ ਹੋ ਗਿਆ, ਗੋਲਡਨ ਬਰਾਊਨ ਹੋ ਗਿਆ, ਬਾਹਲੇ ਨਹੀਂ ਰਾੜਨੇ ਆਪਾਂ, ਸਿੱਧੇ ਇਹਨਾਂ ਨੂੰ ਪਾਣੀ ਦੇ ਵਿੱਚ ਕਰ ਦੇਣਾ। ਕੇਅਰਫੁੱਲ ਕਰਨਾ ਹੈ, ਪਾਣੀ ਦਾ ਛਿੱਟਾ ਛਾਣ ਲਈ ਇਹਨੂੰ ਨਹੀਂ ਲੱਗਣਾ ਚਾਹੀਦਾ, ਨਹੀਂ ਤਾਂ ਫਿਰ ਤੇਲ ਦੇ ਵਿੱਚ ਪਾਣੀ ਛੂ ਆ, ਉਹਦੇ 'ਚ ਕੱਢ ਦੇਣੇ ਆਪਾਂ। ਪੱਕ ਰੱਖੇ ਸੀ ਉਹਨਾਂ ਨੂੰ ਆਪਾਂ ਕੱਢ ਲਈਏ, ਪੋਲੇ ਹੋ ਗਏ ਨੇ ਇਹਦੇ ਸੌਫਟ ਕਰਕੇ, ਇਹਨਾਂ ਨੂੰ ਹੁਣ ਆਪਾਂ ਪਲੇਟ 'ਚ ਕੱਢ ਲੈਣਾ, ਫਿਰ ਆਪਾਂ ਦਹੀਂ ਰੈਡੀ ਕਰ ਲਈਏ, ਫਿਰ ਉਹਦੇ 'ਚ ਪਾ ਕੇ ਦਹੀਂ ਕਰ ਲਈਏ। ਘਰ ਦਾ ਜੰਮਿਆ ਹੋਇਆ ਦਹੀਂ, ਬਾਜ਼ਾਰ ਵਾਲੇ ਦਾ ਕੁਛ ਫਰਕ, ਬਾਜ਼ਾਰ ਵਾਲਾ ਹੋਰ ਤਰ੍ਹਾਂ ਹੁੰਦਾ, ਇਹ ਘਰ ਦਾ ਜੰਮਿਆ ਦਹੀਂ ਆਪਾਂ। ਇਹਨੂੰ ਹੁਣ ਆਪਾਂ ਦਹੀਂ ਰੈਡੀ ਕਰ ਲਈਏ, ਆਪਾਂ ਭੱਲੇ ਇਹਦੇ 'ਚ ਪਾਵਾਂਗੇ, ਅੱਧਾ ਦਹੀਂ ਆਪਾਂ ਇਹਦੇ 'ਚੋਂ ਪਾ ਲੈਣਾ। ਇੱਦਾਂ 5
ਛੇਕ ਬੰਦਿਆਂ ਦਾ ਆਪਾਂ ਰੈਡੀ ਕਰ ਲਈਏ, ਫਿਰ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ। ਇਹਦੇ 'ਚ ਆਪਾਂ ਪਾਵਾਂਗੇ ਖੰਡ, ਕਾਲੀ ਮਿਰਚ, ਲੂਣ, ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ। ਇਹਦੇ 'ਚ ਆਪਾਂ ਪਾਵਾਂਗੇ ਸ਼ੂਗਰ ਇੱਕ ਚਮਚ, ਅੱਧਾ ਚਮਚ ਹੋਰ ਪਾਵਾਂਗੇ। ਬਰਾਊਨ ਸ਼ੂਗਰ ਨਹੀਂ ਪਾਉਣੀ ਹੈਗੀ, ਵਾਈਟ ਪਾਉਣੀ, ਬਹੁਤ ਰਾਉਣ ਪਾਤੀ ਅਤੇ ਫਿਰ ਇਹਦਾ ਕਲਰ ਜਿਹੜਾ ਆ ਉਹ ਚੇਂਜ ਹੋ ਜਾਣਾ। ਇਹਨੂੰ ਵੀ ਐਨ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਖੰਡ ਵਿੱਚ ਐਨ ਖੋਜੇ, ਅਤੇ ਥੋੜ੍ਹਾ ਜਿਹਾ ਆਪਾਂ ਇਹਦੇ 'ਚ ਲੂਣ ਪਾ ਦੇਣਾ। ਹੁਣ ਆਪਾਂ ਪਲੇਟ ਰੈਡੀ ਕਰੀਏ। ਆਪਾਂ ਥੱਲੇ ਥੋੜ੍ਹਾ ਜਿਹਾ ਦਹੀਂ ਪਾਇਆ, ਵਿੱਚ 'ਚ 3-4 ਭੱਲੇ ਰੱਖ ਦਿੱਤੇ, ਅਤੇ ਹੁਣ ਆਪਾਂ ਉੱਤੇ ਇਹਦੇ ਪਾਵਾਂਗੇ ਮਿੱਠੀ ਚਟਨੀ, ਉਹ ਵੀ ਮੈਂ ਘਰ ਬਣਾਈ ਹੈ, ਉਹ ਵੀ ਤੁਹਾਨੂੰ ਦੱਸੂਗੀ ਕਿੱਦਾਂ ਉਹਦਾ ਬਣਾਉਣੀ ਹੈ, ਜਦੋਂ ਬਣਾਉਣੀ ਹੈ ਫਿਰ ਮੈਂ ਤੁਹਾਨੂੰ ਦੱਸੂਗੀ। ਉਹ ਪੋਤੇ ਪਾ ਦਈਏ, ਇਹਦੇ ਮਿੱਠੀ ਚਟਨੀ ਪਾਈ ਆਪਾਂ ਇਮਲੀ ਵਾਲੀ, ਅਤੇ ਹੁਣ ਆਪਾਂ ਪਾਵਾਂਗੇ ਇਹਦੇ 'ਤੇ ਮਿੰਟ ਸੌਸ, ਇਹਦੇ 'ਤੇ ਪਾਵਾਂਗੇ ਆਪਾਂ ਕੈਚਅਪ, ਇਹਦੇ 'ਤੇ ਉੱਤੇ ਪਾਵਾਂਗੇ ਆਪਾਂ ਬਲੈਕ ਸੋਲਟ, ਇਹਦੇ ਨਾਲ ਬਹੁਤ ਨਾਈਸ ਲੱਗਦਾ। ਛੋਟੀ ਚੂੰਡੀ ਦੇ ਜ਼ਿਆਦਾ ਨਹੀਂ ਪਾਉਣ ਕਰਕੇ ਨਮਕ ਆਪਾਂ ਪਹਿਲੇ ਪਾਇਆ ਹੈ। ਹੁਣ ਆਪਾਂ ਉੱਤੋਂ ਦੀ ਦਹੀਂ ਇਹਦੇ ਥੋੜ੍ਹਾ ਜਿਹਾ ਹੋਰ ਪਾਵਾਂਗੇ, ਹੁਣ ਆਪਾਂ ਇਹਦੇ 'ਤੇ ਪਾਵਾਂਗੇ ਮੈਂਗੋ ਚਟਨੀ, ਇੱਕੋ ਨੁਕਤਾ ਦੀ ਆਪਾਂ ਇਹਦੀ ਮਿੱਠੀ ਇਮਲੀ ਹੋਰ ਪਾਵਾਂਗੇ ਥੋੜ੍ਹੀ ਜਿਹੀ। ਦੇਖ ਆਪਣੀ ਪਲੇਟ ਹੋ ਗਈ ਰੈਡੀ, ਖਾ ਕੇ ਦੱਸਿਓ ਕਿੱਦਾਂ ਦੀ ਬਣੀ ਆ, ਆਪਣੀ ਬਣਾ ਕੇ ਦੇਖਿਓ ਤੁਸੀਂ ਕਿੱਦਾਂ ਦੀ ਬਣੀ ਆ। ਥੈਂਕ ਯੂ ਵੈਰੀ ਮੱਚ ਤੁਹਾਡਾ ਵੀਡੀਓ ਦੇਖਣ ਦਾ, ਥੈਂਕ ਯੂ ਵੈਰੀ ਮੱਚ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਫਿਰ ਤੁਹਾਡੇ ਲਈ ਨਵੀਆਂ ਨਵੀਆਂ ਰੈਸਪੀਆਂ ਲੈ ਕੇ ਆਉਂਗੀ।